ਦੁਨੀਆ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਜਗ੍ਹਾਵਾਂ ਨੇ ਜਿਸ ਦੇ ਨਾਲ ਕੋਈ ਨਾ ਕੋਈ ਹਿਸਟਰੀ ਜੁੜੀ ਹੈ। ਉਸੇ ਤਰੀਕੇ ਨਾਲ ਪੰਜਾਬ ਦਾ ਇੱਕ ਸ਼ਹਿਰ ਹੈ ਫਰੀਦਕੋਟ, ਜਿਸ ਨੂੰ ਬਾਬਾ ਫਰੀਦ ਜੀ ਦੇ ਨਾਂ 'ਤੇ ਰੱਖਿਆ ਗਿਆ ਹੈ ਅਤੇ ਉੱਥੇ ਰਹਿਣ ਵਾਲੇ ਹਰ ਇਨਸਾਨ ਨੂੰ ਇਸ ਗੱਲ ਦਾ ਬਹੁਤ ਹੀ ਮਾਣ ਹੈ। ਅਤੇ ਇਸੇ ਗੱਲ ਦੇ ਉੱਤੇ ਦਰਸਾਈ ਗਈ ਹੈ ਇੱਕ ਪੰਜਾਬੀ ਫਿਲਮ ਜਿਸ ਦਾ ਟਾਈਟਲ ਹੈ ਮੁੰਡਾ ਫਰੀਦਕੋਟੀਆ। ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਅਤੇ ਅਸੀਂ ਲੈ ਕੇ ਹਾਜ਼ਰ ਹਾਂ ਇਸ ਦਾ ਟ੍ਰੇਲਰ ਰਿਵਿਊ। ਡਲਮੋਰਾ ਫਿਲਮਸ ਦੀ ਪ੍ਰੈਜੈਂਟਡ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਮਨਦੀਪ ਸਿੰਘ ਚਾਹਲ ਨੇ, ਜਿਸ ਵਿੱਚ ਮੁੱਖ ਕਿਰਦਾਰਾਂ ਵਿੱਚ ਨੇ ਰੋਸ਼ਨ ਪ੍ਰਿੰਸ, ਸ਼ਰਨ ਕੌਰ ਜੋ ਕਿ ਬਾਲੀਵੁੱਡ ਦੇ ਵਿੱਚ ਇਸ ਫਿਲਮ ਦੇ ਨਾਲ ਡੈਬਿਊ ਕਰ ਰਹੇ ਨੇ, ਅਤੇ ਉਹਨਾਂ ਦੇ ਨਾਲ ਨੇ ਬ੍ਰਾਊਨ ਗਰਲ ਦੇ ਨਾਮ ਤੋਂ ਜਾਣੀ ਜਾਣ ਵਾਲੀ ਨਵਪ੍ਰੀਤ ਬੰਗਾ, ਅਤੇ ਰੋਸ਼ਨ ਪ੍ਰਿੰਸ ਨਿਭਾ ਰਹੇ ਨੇ ਮੁੰਡਾ ਫਰੀਦਕੋਟੀਆ ਦਾ ਕਿਰਦਾਰ, ਜਿਨ੍ਹਾਂ ਨੂੰ ਆਪਣੇ ਫਰੀਦਕੋਟੀਆ ਹੋਣ 'ਤੇ ਇੰਨਾ ਮਾਣ ਹੈ ਕਿ ਉਹ ਕਿਸੇ ਦੀ ਹਵਾ ਨਹੀਂ ਚੱਲਦੇ ਭਾਵੇਂ ਉਹ ਪੱਖਾ ਹੀ ਕਿਉਂ ਨਾ ਹੋਵੇ। ਇਹ ਫਰੀਦਕੋਟ ਹੈ, ਸਾਡਾ ਤਾਂ ਜੇ ਪੱਖਾ ਵੀ ਲੋੜ ਤੋਂ ਵੱਧ ਹਵਾ ਕਰੇ ਨਾ ਬੰਦ ਕਰ ਦੇਈਦਾ। ਤੁਹਾਡੀ ਤਾਰੀਫ ਕਰ ਸਕਦੇ ਹੋ, ਆਈ ਡੋਨਟ ਮਾਈਂਡ। ਤੂੰ ਹੈ ਕੌਣ ਦੱਸੋ ਬਈ? ਇਹਨੂੰ ਟ੍ਰੇਲਰ ਦੀ ਸ਼ੁਰੂਆਤ ਦੇ ਵਿੱਚ ਹੋ ਰਹੀ ਹੈ ਫਰੀਦਕੋਟ ਸ਼ਹਿਰ ਅਤੇ ਮੁੰਡਾ ਫਰੀਦਕੋਟੀਆ ਦੀ ਇੰਟਰੋਡਕਸ਼ਨ, ਜਿਸ ਤੋਂ ਇਹ ਪਤਾ ਲੱਗ ਰਿਹਾ ਕਿ ਇਸ ਫਿਲਮ ਦੀ ਕਹਾਣੀ ਘੁੰਮੇਗੀ ਮੁੰਡਾ ਫਰੀਦਕੋਟੀਆ ਯਾਨੀ ਕਿ ਰੋਸ਼ਨ ਪ੍ਰਿੰਸ ਦੇ ਆਲੇ ਦੁਆਲੇ, ਜਿਸ ਦੀ ਮਾਂ ਉਸ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਹੈ, ਪਰ ਉਸਦਾ ਇਹ ਕਹਿਣਾ ਹੈ ਕਿ ਇਹ ਮੁੰਡਾ ਹੱਥੋਂ ਨਿਕਲ ਗਿਆ ਹੈ। ਬਸ ਪਿਆਰ ਨਾਲ ਮੈਂ ਕਹਿਣਾ ਚੈੱਕ ਆਉਂਦੇ ਚੈੱਕ ਕੀ ਦਾੜੀ ਦੀਆਂ ਚੂੜੀਆਂ ਕੱਸੀ ਜਾਂਦਾ, ਮੁੰਡਾ ਹੱਥੋਂ ਨਿਕਲ ਗਿਆ। ਹੁਣ ਇਹ ਮੁੰਡਾ ਹੱਥੋਂ ਕਿਉਂ ਨਿਕਲ ਰਿਹਾ ਇਹ ਤਾਂ ਨਹੀਂ ਪਤਾ ਲੱਗ ਰਿਹਾ, ਪਰ ਟ੍ਰੇਲਰ ਦੇ ਵਿੱਚ ਅੱਗੇ ਵੱਧਦਿਆਂ ਇਹ ਦਿਖ ਰਿਹਾ ਕਿ ਇਸ ਮੁੰਡੇ ਦੀ ਫਰੀਦਕੋਟ ਨੂੰ ਲੈ ਕੇ ਹੈ ਇੱਕ ਮੁਰਾਦ, ਜਿਸ ਦੇ ਪੂਰੇ ਹੋਣ ਦੇ ਨਾਲ ਆਉਂਦਾ ਹੈ ਉਸਦੀ ਲਾਈਫ ਦੇ ਵਿੱਚ ਇੱਕ ਟਵਿਸਟ, ਜਿਸ ਨਾਲ ਭਾਵੇਂ ਉਹ ਹੱਥੋਂ ਨਾ ਨਿਕਲਿਆ ਹੋਵੇ ਪਰ ਪਾਕਿਸਤਾਨ ਜ਼ਰੂਰ ਨਿਕਲ ਗਿਆ ਹੈ। ਰੱਬ ਸਭ ਦੀਆਂ ਮੁਰਾਦਾਂ ਪੂਰੀਆਂ ਕਰਦਾ, ਪਰ ਬੰਦੇ ਨੂੰ ਮੰਗਣ ਵੇਲੇ ਪਤਾ ਹੋਣਾ ਚਾਹੀਦਾ ਕਿ ਮੰਗਣਾ ਕੀ ਹੈ। ਫਰੀਦਕੋਟ ਤਾਂ ਮੰਗ ਲਿਆ, ਦੇਸ਼ ਦੱਸਣਾ ਭੁੱਲ ਗਿਆ। ਰੋਸ਼ਨ ਪ੍ਰਿੰਸ ਮੰਗਦੇ ਨੇ ਫਰੀਦਕੋਟ, ਪਰ ਪਹੁੰਚ ਜਾਂਦੇ ਨੇ ਪਾਕਿਸਤਾਨ ਦੇ ਫਰੀਦਕੋਟ ਵਿੱਚ, ਅਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਵੀ ਇੱਕ ਫਰੀਦਕੋਟ ਹੈ ਜਿੱਥੇ ਬਾਬਾ ਫਰੀਦ ਜੀ ਦੀ ਮਜ਼ਾਰ ਹੈ, ਅਤੇ ਉੱਥੇ ਜਾ ਕੇ ਰੋਸ਼ਨ ਪ੍ਰਿੰਸ ਨੂੰ ਰੱਖਣੀ ਪੈਂਦੀ ਹੈ ਆਪਣੀ ਜ਼ੁਬਾਨ ਬੰਦ, ਕਿਉਂਕਿ ਉੱਥੋਂ ਦੇ ਰਹਿਣ ਵਾਲੇ ਲੋਕਾਂ ਦੀ ਜ਼ੁਬਾਨ ਦੇ ਵਿੱਚ ਹੈ ਪਾਕਿਸਤਾਨੀ ਲਹਿਜ਼ਾ। ਕੀ ਗੱਲ ਜ਼ੁਬਾਨ ਤੇ ਬ੍ਰੈਂਡ ਲੜੀ ਦੇ, ਐਨੀ ਆਕੜ ਠੀਕ ਨਾ ਹੋ ਸੀ। ਗੁੰਗਾ ਏ ਤੇ ਇਹ ਲਹਿਜ਼ਾ ਸੁਣਾਈ ਦੇ ਰਿਹਾ ਕਰਮਜੀਤ ਅਨਮੋਲ ਤੇ ਸ਼ਰਨ ਕੌਰ ਦੀ ਜ਼ੁਬਾਨੀ, ਜੋ ਅੰਦਾਜ਼ ਬਹੁਤ ਹੀ ਵਧੀਆ ਵੀ ਲੱਗ ਰਿਹਾ। ਤੇ ਇਸ ਦੇ ਨਾਲ ਹੀ ਸ਼ਰਨ ਕੌਰ ਦੀ ਗੱਲ ਕਰੀਏ ਤਾਂ ਉਹ ਇੱਕ ਥੀਏਟਰ ਆਰਟਿਸਟ ਨੇ, ਤੇ ਇਹ ਇੱਕ ਬਹੁਤ ਹੀ ਵਧੀਆ ਗੱਲ ਹੈ ਕਿ ਥੀਏਟਰ ਆਰਟਿਸਟ ਦਾ ਟੈਲੈਂਟ ਫਿਲਮੀ ਪਰਦੇ ਤੇ ਨਜ਼ਰ ਆਉਣ ਜਾ ਰਿਹਾ। ਤੇ ਇਸ ਦੇ ਨਾਲ ਹੀ ਟ੍ਰੇਲਰ ਦੇ ਵਿੱਚ ਜਿਸ ਹਿਸਾਬ ਦੇ ਨਾਲ ਉਹਨਾਂ ਦੇ ਡਾਇਲੌਗਸ ਸੁਣਾਈ ਦੇ ਰਹੇ ਨੇ, ਉਸ ਤੋਂ ਇਹ ਉਮੀਦ ਹੈ ਕਿ ਉਹ ਕੁਝ ਖਾਸ ਫਿਲਮ ਦੇ ਵਿੱਚ ਦੇ ਕੇ ਜਾ ਸਕਦੇ ਨੇ। ਇਹ ਬੋਲ ਕੋ ਨਹੀਂ ਸਕਦੇ, ਮੈਂ ਵੀ ਅੱਲਾ ਪਾਕ ਅਗੇ ਦੁਆ ਕਰਾਂਗਾ ਕਿ ਅੱਲਾ ਇਹਨਾਂ ਨੂੰ ਗੇਠ ਦੀ ਜ਼ੁਬਾਨ ਬਖਸ਼। ਇਸ ਫਿਲਮ ਵਿੱਚ ਕਾਮੇਡੀ ਦਾ ਤੜਕਾ ਵੀ ਲੱਗਿਆ ਹੋਏਗਾ, ਜਿਸ ਨੂੰ ਲਗਾਣਗੇ ਦਰਸ਼ਕਾਂ ਦੇ ਵਨ ਆਫ ਦਾ ਫੇਵਰੇਟ ਕਮੇਡੀਅਨ ਸੁਮਿਤ ਗੁਲਾਟੀ, ਜਿਨ੍ਹਾਂ ਨੂੰ ਦਰਸ਼ਕ ਇਸ ਤੋਂ ਪਹਿਲਾਂ ਗੋਲਕ ਬੁਗਨੀ, ਬੈਂਕ ਤੇ ਬਟੂਆ ਤੇ ਮੈਰਿਜ ਪੈਲਸ ਫਿਲਮ ਦੇ ਵਿੱਚ ਕਾਫੀ ਪਸੰਦ ਕਰ ਚੁੱਕੇ ਨੇ, ਤੇ ਉਹਨਾਂ ਦੇ ਨਾਲ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ ਮੁਕੁਲ ਦੇਵ ਤੇ ਲੱਕੀ ਧਾਲੀਵਾਲ। ਤੂੰ ਪਿਛਲੇ ਹਫਤੇ ਮੈਨੂੰ ਬਿਮਾਰ ਬੱਕਰੀ ਖਵਾਈ ਸੀ, ਪਿਛਲੇ ਮਹੀਨੇ ਤੈਨੂੰ ਬਿਮਾਰ ਕੱਟਾ ਵੀ ਤੇ ਖਵਾਇਆ ਸੀ, ਕੁਝ ਹੋਇਆ? ਹੋਇਆ ਤਾਂ ਨਹੀਂ ਯਾਰ। ਕਾਮੇਡੀ ਦੇ ਨਾਲ ਨਾਲ ਮੁੰਡਾ ਫਰੀਦਕੋਟੀਆ ਤੋਂ ਕੁਝ ਗੱਲਾਂ ਵੀ ਸਿੱਖਣ ਨੂੰ ਮਿਲਣਗੀਆਂ, ਜਿਨ੍ਹਾਂ ਵਿੱਚੋਂ ਇੱਕ ਹੈ ਕਿ ਭਾਵੇਂ ਇਨਸਾਨ ਦੇਸ਼ ਤੋਂ ਬਾਹਰ ਚਲਾ ਜਾਏ ਪਰ ਦੇਸ਼ ਦਾ ਪਿਆਰ ਉਸਦੇ ਦਿਲ ਤੋਂ ਬਾਹਰ ਨਹੀਂ ਜਾਂਦਾ। ਤੇ ਇਹ ਟ੍ਰੇਲਰ ਦੇ ਰਾਹੀਂ ਇੱਕ ਸੀਨ ਤੋਂ ਬਹੁਤ ਚੰਗੇ ਤਰੀਕੇ ਨਾਲ ਮਹਿਸੂਸ ਹੋ ਰਿਹਾ, ਜਿੱਥੇ ਹੁੰਦੀ ਹੈ ਦੇਸ਼ ਦੇ ਝੰਡੇ ਦੀ ਬੇਦਬੀ। ਤੂੰ ਗਲਤੀ ਨਾਲ ਇੱਥੇ ਆ ਗਿਆ, ਫਿਰ ਵਾਪਸ ਕਿਉਂ ਨਹੀਂ ਗਿਆ? ਜਾਣਾ ਤਾਂ ਚਾਹੁੰਦਾ ਸੀ ਪਰ ਕੁਛ ਐਸਾ ਹੋ ਗਿਆ। ਅਤੇ ਇਸ ਦੇ ਨਾਲ ਹੀ ਪਤਾ ਲੱਗ ਜਾਂਦੀ ਹੈ ਸ਼ਰਨ ਕੌਰ ਨੂੰ ਰੋਸ਼ਨ ਪ੍ਰਿੰਸ ਦੀ ਸੱਚਾਈ, ਅਤੇ ਉਸੇ ਪਲ ਹੀ ਟ੍ਰੇਲਰ ਤੋਂ ਇਹ ਪਤਾ ਲੱਗਦਾ ਹੈ ਕਿ ਰੋਸ਼ਨ ਪ੍ਰਿੰਸ ਪੈ ਚੁੱਕੇ ਨੇ ਸ਼ਰਨ ਕੌਰ ਦੇ ਨਾਲ ਪਿਆਰ ਵਿੱਚ। ਪਰ ਪਿਆਰ ਦੀਆਂ ਰਾਵਾਂ ਕਿਹੜੀਆਂ ਸੌਖੀਆਂ ਨੇ, ਕਿਉਂਕਿ ਇੱਥੇ ਹੈ ਇੱਕ ਲਵ ਟ੍ਰਾਇਐਂਗਲ ਜਿਸ ਦਾ ਕੁਝ ਹਾਲ ਅਜਿਹਾ ਹੈ ਕਿ ਨਵਪ੍ਰੀਤ ਬੰਗਾ ਸ਼ਾਇਦ ਪੈ ਚੁੱਕੀ ਹੈ ਪਿਆਰ ਦੇ ਵਿੱਚ ਰੋਸ਼ਨ ਪ੍ਰਿੰਸ ਦੇ ਨਾਲ, ਅਤੇ ਦੂਜੇ ਪਾਸੇ ਰੋਸ਼ਨ ਪ੍ਰਿੰਸ ਪਸੰਦ ਕਰਦੇ ਨੇ ਸ਼ਰਨ ਕੌਰ ਨੂੰ। ਓਵਰਆਲ ਟ੍ਰੇਲਰ ਇਹ ਉਮੀਦ ਦੇ ਰਿਹਾ ਕਿ ਇੱਕ ਚੰਗੀ ਫਿਲਮ ਸਿਨੇਮਾ ਘਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ, ਕਿਉਂਕਿ ਇਸ ਫਿਲਮ ਵਿੱਚ ਹੋਣਗੇ ਬਹੁਤ ਸਾਰੇ ਟਵਿਸਟ ਐਂਡ ਟਰਨਸ। ਅਤੇ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਇਹ ਸਾਨੂੰ ਕਿਵੇਂ ਐਂਟਰਟੇਨ ਕਰਨਗੇ ਅਤੇ ਇਸ ਦੇ ਨਾਲ ਹੀ ਕੀ ਸਿਖਾਉਣਗੇ, ਅਤੇ ਨਾਲ ਹੀ ਰੋਸ਼ਨ ਪ੍ਰਿੰਸ ਕਿਵੇਂ ਪਾਉਣਗੇ ਆਪਣੇ ਪਿਆਰ ਨੂੰ ਅਤੇ ਕਰਨਗੇ ਆਪਣੇ ਦੇਸ਼ ਵਾਪਸੀ। ਇਹਨਾਂ ਗੱਲਾਂ ਦਾ ਪਤਾ ਲੱਗੇਗਾ ਫਿਲਮ ਦੇ ਰਿਲੀਜ਼ ਹੋਣ 'ਤੇ, ਅਤੇ ਫਿਲਮ ਰਿਲੀਜ਼ ਹੋਏਗੀ 14 ਜੂਨ 2019 ਦਾ। ਤੁਹਾਡਾ ਇਸ ਟ੍ਰੇਲਰ ਦੇ ਬਾਰੇ ਕੀ ਕਹਿਣਾ ਹੈ ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਅਤੇ ਦਾ ਫਿਲਮਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।